ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ Tractor BR2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਭਾਈ ਸੱਜਣ ਮਿੱਤਰ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਸਬਸਕ੍ਰਾਈਬ ਜਰੂਰ ਕਰਕੇ ਜਾਓ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜਿਹੜਾ ਤੁਹਾਨੂੰ ਥੱਲੇ ਸ਼ੋਅ ਹੁੰਦਾ ਪਿਆ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟੇ ਜਰੂਰ ਸੈੱਟ ਕਰ ਲਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗ ਜਾਏ ਅੱਜ ਆਪਾਂ ਟਰੈਕਟਰ ਲੈ ਕੇ ਆ ਚੁੱਕੇ ਹਾਂ ਜੀ ਮ ਟਰੈਕਟਰ ਤੇ ਮਾਡਲ ਦੀ ਗੱਲਬਾਤ ਕਰਕੇ 2017 ਮਾਡਲਾ ਟਰੈਕਟਰ ਬਹੁਤ ਸੋਹਣਾ ਪਿਆ ਹੋਇਆ ਸਾਫ ਸੁਥਰੇ ਰੰਗ ਪੇਂਟ ਦੇ ਵਿੱਚ ਪਿਆ ਜੀ ਕਮੀ ਪੇਸ਼ੀੜ ਟਰੈਕਟਰ ਦੇ ਵਿੱਚ ਕੋਈ ਨਹੀਂ ਹੈਗੀ ਕਿ 6 ਲੱਖ ਤੇ 10000 ਰੁਪਇਆ ਜਿਹੜਾ ਮਾਲਕ ਵੀਰਾਂ ਵੱਲੋਂ ਕੀਮਤ ਰੱਖੀ ਗਈ ਸੀਗੀ ਟਰੈਕਟਰ ਦੀ ਪੂਰੇ ਜਾਇਜ਼ ਰੇਟ ਦੇ ਵਿੱਚ ਜਿਹੜਾ ਵਿਕਾਊ ਕੀਤਾ ਹੋਇਆ ਮਾਲਕ ਵੀਰਾਂ ਦਾ ਇਹ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਆ ਜੀ ਤੇ ਜਿਹੜੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਤ੍ਰਾਮਪੁਰਾ ਫੁੱਲ ਏਰੀਆ ਜੀ 6 ਲੱਖ 10000 ਰੁਪਇਆ ਮੁੱਲ ਆ ਮਾਲਕਾਂ ਨੇ ਨੰਬਰ ਆ ਜਿਹੜੇ ਆਪਾਂ ਥੱਲੇ ਦੇ ਰਹੇ ਆ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਜਿਹੜਾ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਜੇ ਤੁਹਾਨੂੰ ਟਰੈਕਟਰ ਵਧੀਆ ਲੱਗਦਾ ਇਹ ਬਹੁਤ ਹੀ ਜਿਆਦਾ ਸੋਹਣਾ ਸਾਫ਼ ਸੁਥਰੇ ਰੰਗ ਪੇਂਟ ਦੇ ਵਿੱਚ ਪਿਆ ਹੋਇਆ ਵਾ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਤੇ ਇੱਕ ਆਪਾਂ ਬਾਈ ਜੀ ਸਾਰੇ ਵੀਰਾਂ ਨੂੰ ਪੁੱਛਿਆ ਸੀਗਾ ਵੀ ਆਪਾਂ ਮਿਹਨਤ ਨਾਲ ਵੀਡੀਓ ਲੈ ਕੇ ਆਉਣੀ ਸੀ ਇੱਕ 4 ਦੀ ਵੀ ਕੱਲੇ ਕੱਲੇ ਦੀ ਲੈ ਕੇ ਆਈਏ ਕਿ ਲਗਭਗ ਵੀ ਆਪਾਂ ਕਰ ਤਗੇ ਵੀ ਸਾਰੇ ਇਕੱਠੇ ਉਹਦੇ ਵਿੱਚ ਦੋ ਕ ਵੀਰਾਂ ਨੇ ਕਮੈਂਟ ਕੀਤੇ ਸੀ ਕਿ ਕਹਿੰਦੇ ਵੀ ਕੱਲੀ ਕੱਲੀ ਲੈ ਕੇ ਆਓ ਬਾਕੀ ਹਨਾ ਅੱਜ ਆਪਾਂ ਪੋਲ ਰੱਖਦੇ ਹਾਂ ਇੱਕ ਉਹਦੇ ਵਿੱਚ ਆਪਾਂ ਪੁੱਛਾਂਗੇ ਤੇ ਉਹਦੇ ਵਿੱਚ ਤੁਸੀਂ ਯੈਸ ਉਹ ਕਰ ਦਿਓ ਜੋ ਕੁਝ ਵੀ ਮੈਂ ਲਿਖਿਆ ਹੋਊਗਾ ਉੱਤੇ ਵੀ ਕੱਲੀ ਪਾਉਣੀ ਆ ਕਿ ਡਬਲ ਤੇ ਅੱਗੇ ਆ ਜਾਂਦਾ ਜੀ ਨਿਊ ਹਾਲੈਂਡ ਫੋਰਡ ਟਰੈਕਟਰ ਬਹੁਤ ਸੋਹਣਾ ਪਿਆ ਹੋਇਆ ਜੀ 2001 ਮਾਡਲ ਆ ਨਵੇਂ ਟਾਇਰ ਨੇ ਟਰੈਕਟਰ ਦੇ ਬਾਕੀ ਬਾਈ ਜੀ ਮਾਡਲੇ ਵੇਖ ਲਓ ਹਨ ਦੂਜਾ ਫੋਰਡ ਵਾਲਾ ਹੁੰਦਾ ਹਾਲੈਂਡ ਸੋ ਇਹਦੀ ਡਿਮਾਂਡ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਵੀ ਜਿਆਦਾ ਹੁੰਦੀ ਆ ਠੀਕ ਆ ਕੋਈ ਵੀ ਜਿੱਥੇ ਮਰਜ਼ੀ ਤੁਸੀਂ ਲੈ ਲਿਓ 5630 ਲੈ ਲਿਓ ਜਿਹੜਾ ਮਰਜ਼ੀ ਲੈ ਲਿਓ ਫੋਰਡ ਹਾਲੈਂਡ ਦੇ ਵਿੱਚ ਉਹਦੀ ਡਿਮਾਂਡ ਬਹੁਤ ਜਿਆਦਾ ਹੁੰਦੀ ਆ ਤੇ オリジナル ਇੰਜਨ ਹੁੰਦੇ ਖੁੱਲਦੇ ਨਹੀਂਗੇ ਇਹ ਛੇਤੀ ਬਿਲਕੁਲ ਨਵੇਂ ਟਾਇਰ ਆ ਤੇ ਨਵੀਂ ਬੈਟਰੀ ਆ ਤੇ ਡਿਸਟਰੀਬਿਊਟਰ ਵਗੈਰਾ ਲੱਗਾ ਹੋਇਆ ਵਾ ਸ਼ਾਇਦ ਬਾਕੀ ਤੁਸੀਂ ਫੋਨ ਲਾ ਕੇ ਵੇਖ ਲਿਓ ਮਾਲਕਾਂ ਨਾਲ ਗੱਲਬਾਤ ਕਰ ਲਿਓ ਬਾਕੀ ਲਿਖਿਆ ਹੋਇਆ ਆ ਸੀ ਕਿ ਵੀ ਆਪਾਂ ਡਿਸਟ੍ਰੀਬਿਊਟਰ ਲੱਗਾ ਹੋਇਆ ਵਾ ਤੇ ਬਾਕੀ ਗੱਲਬਾਤ ਆਪਦੀ ਕਰ ਲਿਓ 3 ਲੱਖ ਤੇ 25000 ਇਹਦਾ ਮੁੱਲ ਮੰਗਦੇ ਸੀਗੇ ਮੁੱਲ ਮੈਨੂੰ ਪਤਾ ਵੀ ਜਿਆਦਾ ਆ ਤੇ ਪਰ ਗੱਲ ਆਏ ਆ ਵੀ ਇਹ ਮਾਡਲ ਅੱਜ ਕੱਲ ਤੁਹਾਨੂੰ ਲੱਭਿਆ ਵੀ ਛੇਤੀ ਮਿਲਦਾ ਨਹੀਂਗਾ ਲੱਭਦੇ ਬਹੁਤ ਜਾਣੇ ਆ ਪਰ ਮਿਲਦਾ ਨਹੀਂਗਾ ਕਿਉਂਕਿ ਪੁਰਾਣਾ ਜਿਆਦਾ ਹੋਣ ਕਰਕੇ ਹਨਾ ਵੀ ਜਿਹੜਾ ਤਕਨੀਕ ਬਹੁਤ ਸੀਗੀ ਇਹ ਆਹ ਲੈ ਟਰੈਕਟਰ ਵਿੱਚ ਬਾਲੀ ਸੀਗੀ ਅੱਜ ਵਾਲਾ ਹੌਲੈਂਡ ਤੇ ਹੌਲੈਂਡ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਆ। ਅੱਗੇ ਆਇਆ ਇਹਦਾ ਫਾਰਮ ਟਰੈਕ 65 EPI ਜਿਹੜਾ ਫਾਰਮ ਟਰੈਕ ਟਰੈਕਟਰ ਹੈ ਜੀ 65 EPI ਹੈਗਾ ਜੀ 8 ਮਾਡਲ 8 ਮਾਡਲ ਟਰੈਕਟਰ ਵਧੀਆ ਬਹੁਤ ਪਿਆ ਹੋਇਆ ਪੰਜਾਬ ਨੰਬਰ ਆ ਕਮੀ ਪੇਸ਼ੀ ਦੀ ਟਰੈਕਟਰ ਦੇ ਵਿੱਚ ਕੋਈ ਨਹੀਂ ਹੈਗੀ ਜਦੋਂ ਮਰਜ਼ੀ ਜਾ ਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਤੁਸੀਂ 3 ਲੱਖ ਤੇ 10000 ਰੁਪਿਆ ਰੇਟ ਮੰਗਦੇ ਪਏ ਆ ਇਹਦਾ ਰਾਮਪੁਰਾ ਫੂਲ ਏਰੀਆ ਜੀ ਇਧਰੇ ਪੈ ਜਾਂਦਾ ਵਾ ਪਾਰਲੀ ਸਾਈਡ ਹਰਿਆਣੇ ਵਾਲੇ ਪਾਸੇ ਜੇ ਪਿਆ ਮਚਰ ਵਾਲੀ ਸਾਈਡ ਪੈ ਜਾਂਦਾ ਵਾ ਲੁਧਿਆਣਾ ਲੰਘ ਕੇ ਆ ਬਰਨਾਲਾ ਦੇ ਕੋਲ ਜੇ ਆ ਇਹ ਉਧਰਲਾ ਏਰੀਆ ਪੈਂਦਾ ਜੀ ਰਾਮਪੁਰਾ ਫੂਲ ਤੇ ਡਿਮਾਂਡ ਹੈਗੀ 310000 ਨੰਬਰ ਆ ਜਿਹੜੇ ਮਾਲਕਾਂ ਦੇ ਥੱਲੇ ਆ ਜੀ ਫੋਨ ਲਾ ਕੇ ਸੌਦਾ ਕਰ ਲਿਓ ਜਿੰਨਾ ਵੀਰਾਂ ਨੇ ਖਰੀਦਣਾ ਹੋਵੇ ਬਹੁਤ ਸੋਹਣਾ ਪਿਆ ਹੋਇਆ ਵਾ ਟਰੈਕਟਰ ਕੰਮੀ ਪੇਸ਼ੇ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀਗੀ ਬਾਕੀ ਜਿਹੜੇ ਟਰੈਕਟਰ ਸੀਗੇ ਵਿੱਚ ਆਉਣੀ ਸੀਗੇ ਨਾ ਲੱਗ ਰਹਿਗੀਆਂ ਨਾਰੀਆਂ ਫੋਟੋਆਂ ਨਹੀਂ ਸਹੀ ਸੀਗੀਆਂ ਕੁਛ ਸੈਟ ਹੋ ਗਈਆਂ ਸੀਗੀਆਂ ਸੋ ਉਹਦੇ ਕਰਕੇ ਪਏ ਨਹੀਂ ਆਪਾਂ ਤੋਂ ਹੁਣ ਪਾ ਰਿਹਾ ਮੈਂ ਲੈਬਰਾੜਾ ਜੀ ਅੱਗੇ 19 ਮਾਡਲ ਬਹੁਤ ਵਧੀਆ ਪਿਆ ਹੋਇਆ ਜੀ ਸੁਨਾਮ ਏਰੀਆ ਜੀ ਬਾਕੀ ਹਾਲਤ ਵਗੈਰਾ ਦਾ ਤੁਸੀਂ ਵੇਖ ਸਕਦੇ ਹੋ ਦੂਜਾ ਮਾਡਲ ਹੈ ਜੀ ਸਪੋਰਟਸ ਮਾਡਲ ਨਹੀਂ ਹੈਗਾ ਸੈਂਪਲ ਮਾਡਲ ਆ 1 ਲੱਖ ਤੇ 65000 ਰੁਪਿਆ ਰੇਟ ਸੀਗਾ ਇਹਦਾ ਮੰਗਦੇ ਪਏ ਬਾਕੀ ਇਹਦਾ ਨਵਾਂ ਟਰੈਕਟਰ ਆ ਚੁੱਕਿਆ ਜੀ ਇੱਕ ਪ੍ਰੀਤ ਪ੍ਰੀਤ ਦਾ 6049 ਹੁਣ 30 ਸਪੀਡ ਦੇ ਵਿੱਚ ਆ ਗਿਆ ਹੁਣ ਉਹ ਸੁਪਰ ਸੀਟਰ ਵੀ ਖਿੱਚੂਗਾ ਤੇ ਲਗਭਗ ਕੀਮਤ ਹੈਗੀ ਉਹ 6 ਲੱਖ ਰੁਪਈਆ ਜੇ ਕਹਿ ਦੋਗੇ ਤਾਂ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਜੀ ਬਾਕੀ ਮੈਂ ਵੇਖਦਾ ਜੀ ਫੋਟੋਆਂ ਫੋਟੋਆਂ ਰੇਂਜ ਹੋ ਗਈਆਂ ਕਿਤੋਂ ਤਾਂ ਆਪਾਂ ਪਾ ਦਾਂਗੇ ਛੇਤੀ ਅੱਗੇ ਆ ਜਾਂਦਾ ਜੀ ਫਾਰਮਟ੍ਰੈਕ 6055 ਇਹ ਮਾਡਲ ਹੈ ਜੀ 15 ਟਰੈਕਟਰ ਦਾ 90 ਪੈਸੇ ਜਿਹੜੇ ਟਰੈਕਟਰ ਦੇ ਟਾਇਰ ਨੇ ਤੇ ਫਿਰੋਜ਼ਪੁਰ ਏਰੀਆ ਵਿੱਚ ਜਿਹੜਾ ਟਰੈਕਟਰ ਖੜਾ ਹੋਇਆ ਇਹ ਕਮੀ ਪੇਛੜੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀਗੀ ਬਹੁਤ ਸੋਹਣੀ ਹਾਲਤ ਰੇ ਵਿੱਚ ਵਾਹ ਕੇ ਚਲਾ ਕੇ ਚੈੱਕ ਕਰਕੇ ਜਦੋਂ ਮਰਜ਼ੀ ਖਰੀਦ ਸਕਦੇ ਹੋ ਪੂਰਾ ਵਧੀਆ ਪਿਆ ਹੋਇਆ ਕਮੀ ਪੇਛੜੀ ਕੋਈ ਵੀ ਨਹੀਂ ਹੈਗੀ ਇਹਦੇ ਵਿੱਚ ਇੰਜਨ ਬਾਡੀ ਚਾਸੀ ਲਿੰਕਾਂ ਦਾ ਜੋ ਵੀ ਰੰਗ ਪੇਂਟ ਆ ਟੋਟਲੀ オリジナル ਆ 4,50,000 ਰੁਪਇਆ ਕੀਮਤ 4.5 ਲੱਖ ਰੁਪਇਆ ਬਾਕੀ ਮੌਕੇ ਦੇ ਉੱਪਰ ਘੱਟ ਵੱਧ ਕੀਤਾ ਜਾਊਗਾ ਰੇਟ ਦੇ ਵਿੱਚੋਂ ਮਾਲਕਾਂ ਨੇ ਨੰਬਰ ਆਪਾਂ ਥੱਲੇ ਦੇ ਰਹੇ ਆ ਉਹਨਾਂ ਨੰਬਰਾਂ ਦੇ ਉੱਪਰ ਫੋਨ ਲਾ ਕੇ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਮਾਲਕਾਂ ਨਾਲ ਕਰ ਸਕਦੇ ਹੋ ਪੂਰੇ ਵਧੀਆ ਜੈਜ ਮੋਲ ਦੇ ਵਿੱਚ ਜਿਹੜੀ ਟਰੈਕਟਰ ਵਿਕਾਊ ਕੀਤਾ ਹੋਇਆ ਜੀ ਮਾਲਕਾਂ ਦਾ ਪੂਰਾ ਸੋਹਣਾ ਵਾ ਕਮੀ ਪੇਸ਼ੀ ਕੋਈ ਨਹੀਂ ਹੈਗੀ ਫਿਰੋਜ਼ਪੁਰ ਏਰੀਏ ਵਿਖੇੜਾ ਟਰੈਕਟਰ ਖੜਾ ਹੋਇਆ ਜੀ ਜਦੋਂ ਮਰਜ਼ੀ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਆਪਣੇ ਕੋਲ ਆ ਜਾਂਦੀ ਹੈ ਜੀ ਮਿੱਟੀ ਚੱਕਣ ਵਾਲੀ ਮਸ਼ੀਨ ਵੇਖ ਸਕਦੇ ਹੋ ਜੀ 2020 ਮਾਡਲ ਆ ਪਲੇਟ ਵਗੈਰਾ ਵੀ ਬਾਈ ਹੁਣੀ ਦਿਖਾ ਰਹੇ ਇਹਨੇ ਪੂਰੀ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਕਮੀ ਪੇਸ਼ੀ ਮਸ਼ੀਨ ਦੇ ਵਿੱਚ ਵੀ ਕੋਈ ਨਹੀਂ ਜੀ ਪਰ ਨਾਲਾ ਏਰੀਆ ਵਾ 1,95,000 ਰੁਪਿਆ ਮੁੱਲ ਸੀਗਾ ਮੰਗਦੇ ਪਏ ਇਹਦਾ ਬਾਕੀ ਆਦੇ ਸੀ ਮੌਕੇ ਦੇ ਉੱਪਰ ਘੱਟ ਕਰ ਲਾਂਗੇ ਜੋ ਵੀ ਮਾਲਕਾਂ ਨੇ ਨੰਬਰ ਨੇ ਥੱਲੇ ਦਿੱਤੇ ਜਾ ਰਹੇ ਨੇ ਨੰਬਰ ਤੇ ਫੋਨ ਲਾ ਕੇ ਖਰੀਦ ਸਕਦੇ ਹੋ ਤੇ ਬਾਕੀ ਆਪਣਾ ਜਿਹੜਾ ਚੈਨਲ ਆ ਜੀ ਪੀਵੀ ਨਰਤੀ ਡੈਰੀ ਫਾਰਮ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਪਾਂ ਜਾਨੀ ਕਿ ਬਾਲਸ ਦੀ ਅਜੇ ਵੀਡੀਓ ਲੈ ਕੇ ਆਉਂਦੇ ਆ ਤੇ ਹੌਲੀ ਹੌਲੀ ਆਪਾਂ ਕੰਮ ਕਰਾਂਗੇ ਹੋਰ ਵੀ ਫਾਰਮਿੰਗ ਦੇ ਰਿਲੇਟਡ ਜਾਂ ਫਿਰ ਪਸ਼ੂਆਂ ਦੇ ਰਿਲੇਟਡ ਆਪਾਂ ਦਵਾਈਆਂ ਦੂਈਆਂ ਵੀ ਦੱਸ ਦਿਆ ਕਰਾਂਗੇ ਹੌਲੀ ਹੌਲੀ ਤੇ ਬਾਕੀ ਅੱਗੇ ਆ ਜਾਂਦਾ ਜੀ 16 ਬਾਈ 7 ਫੁੱਟਾ ਟਰਾਲਾ 70 ਰੁਪਏ ਜਿਹੜੇ ਟਾਇਰ ਨੇ ਟਰਾਲੇ ਦੇ ਠੀਕ ਹੈ ਜੀ ਸਮਰਾਲਾ ਏਰੀਆ ਵਾ ਪੂਰਾ ਓਕੇ ਪਿਆ ਹੋਇਆ ਵਾ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਲਿਓ ਖਰੀਦ ਸਕਦੇ ਤੁਸੀਂ ਚਲਾ ਕੇ ਇਹਨੂੰ 3 ਲੱਖ ਰੁਪਈਆ ਮੁੱਲ ਆ 10 ਲੱਖ ਰੁਪਈਆ ਮੌਲ ਦੇ ਵਿੱਚੋਂ ਵੀ ਘਟਵਾਦ ਕੀਤਾ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਆਪਾਂ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਪਰ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਹੋਰ ਡਿਟੇਲ ਵੀ ਮਿਲ ਜੂਗੀ ਟਰੈਕਟਰ ਦੇ ਬਾਰੇ ਮਾਲਕਾਂ ਨਾਲ ਗੱਲਬਾਤ ਕਰ ਲਿਓ ਵੀ ਕਿੰਨੇ ਨਾਲ ਛੱਡਣਗੇ ਆਖਰ ਤੱਕ ਮਾਲਕਾਂ ਦੇ ਨੰਬਰ ਜਿਹੜੇ ਆ ਥੱਲੇ ਆ ਪੂਰਾ ਵਧੀਆ ਟਰਾਲਾ ਪਿਆ ਹੋਇਆ ਵਾ ਉਹੀ ਵੀਰ ਦੇਖ ਰਿਹਾ ਠੀਕ ਆ ਜਿਹੜਾ ਵੀਰ ਦੇਖ ਰਿਹਾ ਵਾ ਉਹਨੂੰ ਪਤਾ ਹੋਵੇ ਵੀ ਇਹ ਟਰੈਕਟਰ ਦਾ ਮਾਲਕ ਕਿਹੜਾ ਵਾ ਤੇ ਉਹਦਾ ਯਾਰ ਨੰਬਰ ਦੇ ਦਿਓ ਥੱਲੇ ਕਮੈਂਟ ਦੇ ਵਿੱਚ ਤੇ ਆਏ ਨਾ ਹੋ ਯਾਰ ਉਹੀ ਦੇ ਹੀ ਛੱਡੋ ਨੰਬਰ ਹਨਾ ਕਿਉਂਕਿ ਗੱਲ ਕਰਨੀ ਸੀਗੀ ਬਾਈਆਂ ਨਾਲ ਇਹ ਇੱਕ ਨਾ ਬੱਚੇ ਦਾ ਫੋਨ ਆਇਆ ਸੀਗਾ ਸਾਨੂੰ ਦੋ ਤਿੰਨਾਂ ਚੈਨਲ ਆ ਹਨਾ ਚਲੋ ਸਾਡੇ ਕੋ ਹਨਾ ਸਾਡੇ ਉਹਨਾਂ ਨੰਬਰਾਂ ਦੇ ਉੱਪਰ ਮੈਸੇਜ ਆਇਆ ਸੀਗਾ ਬਕਾਊ ਕੀਤੇ ਹੋਏ ਸੀ ਦੋ ਦੋ ਟਰੈਕਟਰ ਨੇ ਇਹ 14 ਮਾਡਲ ਤੇ ਖਣੀ 11 ਮਾਡਲ ਤੇ ਇਹ ਰੇਟ ਮੰਗਦੇ ਸੀਗੇ 210000 ਜਾਨਕੀ ਠੱਗ ਸੀਗੇ ਜਾਨਕੀ ਬੱਚੇ ਦੀ ਉਮਰ ਸੀਗੀ ਘੱਟੋ ਘੱਟ ਮਾਸਾ ਹੀ 15 ਸਾਲ ਦੀ ਹੋਊਗੀ ਤੇ ਹਰਿਆਣੇ ਹਰ ਕਹਿੰਦਾ ਮੈਂ ਹਰਿਆਣੇ ਦਾ ਕਹਿ ਰਿਹਾ ਮੈਂ ਹਰਿਆਣੇ ਦਾ ਬਾਕੀ ਕੋਈ ਪਤਾ ਨਹੀਂ ਕਿੱਥੋਂ ਦਾ ਹੈਗਾ ਕਿੱਥੋਂ ਦਾ ਨਹੀਂ ਹੈਗਾ ਤੇ ਸੋ ਮੇਰਾ ਵੀਰ ਬਣ ਕੇ ਜੇ ਕਿਸੇ ਨੂੰ ਇਹ ਟਰੈਕਟਰ ਦੇ ਅਸਲ ਮਾਲਕਾਂ ਦਾ ਪਤਾ ਹੋਵੇ ਨੰਬਰ ਥੱਲੇ ਦੇ ਦਿਓ ਤੇ ਬਚੋ ਠੀਕ ਹੈ ਜੀ ਤੇ ਅੱਜ ਜਿਹੜਾ ਆਪਣੇ ਕੋਲ ਟਰੈਕਟਰ ਆਇਆ ਜਾਂਦਾ ਸੇਲ ਵਾਲਾ ਸਭ ਤੋਂ ਪਹਿਲਾਂ ਇਹ ਹੈਗਾ ਜੀ ਅਰਜਨ 60590 2017 ਮਾੜਲਾ ਬਹੁਤ ਹੀ ਯਾਦੇ ਵਧੀਆ ਟਰੈਕਟਰ ਪਿਆ ਹੋਇਆ ਵਾ 90 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਪਾਏ ਹੋਏ ਨੇ ਮਾਲਕਾਂ ਦੇ ਦੱਸਣ ਅਨੁਸਾਰ ਮਾਰਕਟ ਕਹਿ ਰਿਹਾ 90 ਪੈਸੇ ਟਾਇਰ ਆ ਨਾਲ ਦੇ ਪਾਏ ਹੋਏ ਆ ਸੋ ਟਰੈਕਟਰ ਜਿਹੜਾ ਵਧੀਆ ਵੀ ਹਾਲਤ ਵਿੱਚ ਦੇਖਣ ਨੂੰ ਵੀ ਵਧੀਆ ਲੱਗ ਰਿਹਾ ਵਾ ਤੇ ਬਾਕੀ ਚਲਾ ਚਲੂ ਕੇ ਵੇਖ ਲਿਓ ਆਪਦਾ ਮਾਲਕਾਂ ਵੱਲੋਂ ਪੂਰੀ ਤਸਦੀ ਆ ਕਮੀ ਪੇਸ਼ੀ ਜਿਹੜੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਦੱਸੀ ਜਾ ਰਹੀ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਕਿ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਬਾਕੀ ਚਲਾ ਕੇ ਚੈੱਕ ਕਰਕੇ ਲੈ ਲਿਓ ਆਪਦਾ ਪੂਰੀ ਗਾਰੰਟੀ ਦੇ ਰਹੇ ਆ 6,40,000 ਰੁਪਏ ਜਿਹੜੀ ਟਰੈਕਟਰ ਦੀ ਕੀਮਤ ਆ ਮੰਗੀ ਗਈ ਮਾਲਕ ਵੀਰਾਂ ਵੱਲੋਂ ਬਾਕੀ ਆਨੇ ਸੀ ਮੌਕੇ ਦੇ ਉੱਪਰ ਜਿਹੜਾ ਰੇਟ ਦੇ ਵਿੱਚੋਂ ਘੱਟ ਵੱਧ ਕੀਤਾ ਜਾਊਗਾ ਜੋ ਵੀ ਮਾਲਕਾਂ ਦੇ ਨੰਬਰ ਨੇ ਸੰਪਰਕ ਦੇ ਆਪਾਂ ਥੱਲੇ ਦੇ ਰਹੇ ਆ ਮੋਗਾ ਏਰੀਆ ਡੌਦਰ ਪਿੰਡਾਂ ਬਾਈਆਂ ਦਾ ਜਿੱਥੇ ਟਰੈਕਟਰ ਖੜਾ ਹੋਇਆ ਹੈ ਬਾਕੀ ਤੁਸੀਂ ਪਿੰਡ ਜਾ ਕੇ ਵੀ ਵੇਖ ਸਕਦੇ ਹੋ ਤੇ ਮੋਗੇ ਮੰਡੀ ਤੇ ਵੀ ਇਹ ਬਾਈ ਓਮ ਤੇ ਹੁੰਦੇ ਆ ਸੋ ਉੱਥੇ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਮੋਗਾ ਮੰਡੀ ਤੇ ਉੱਥੇ ਤੁਹਾਨੂੰ ਮਿਲ ਜੂਗਾ ਇਹ ਟਰੈਕਟਰ ਖੜਾ ਹੋਇਆ ਤੇ ਦੂਰੋਂ ਵੀ ਪਤਾ ਵੀ ਲੱਗ ਜੂਗਾ ਸੋ ਇਹ ਤੁਹਾਡੀ ਆਦੀ ਚੋਇਸ ਆ ਤੁਸੀਂ ਜਿੱਥੇ ਮਰਜ਼ੀ ਜਾ ਕੇ ਟਰੈਕਟਰ ਵੇਖ ਸਕਦੇ ਹੋ ਬਹੁਤ ਹੀ ਯਾਦੇ ਸੋਹਣਾ ਟਰੈਕਟਰ ਹੈ ਜਿਹੜਾ ਇਹ ਪਿਆ ਹੋਇਆ ਵਾ ਵਾ ਕੇ ਚਲਾ ਕੇ ਦੇਣ ਦੀ ਜਿਹੜੀ ਟਰੈਕਟਰ ਦੀ ਗਾਰੰਟੀ ਹੈ ਜਿਹੜੀ ਮਾਲਕਾ ਵੀਰਾਂ ਵੱਲੋਂ ਪੂਰੀ ਦਿੱਤੀ ਜਾ ਰਹੀ ਆ ਪੂਰੀ ਦਿੱਤੀ ਜਾ ਰਹੀ ਆ ਤੇ ਅੱਗੇ ਆਪਣੇ ਕੋਲ ਆ ਜਾਂਦਾ ਫਾਰਮ ਟਰੈਕ 60 60 ਇਹ ਜਿਹੜਾ ਟਰੈਕਟਰ ਆ ਇਹ ਹੈਗਾ ਜੀ 2013 ਮਾਡਲ ਬਹੁਤ ਹੀ ਯਾਦੇ ਵਧੀਆ ਟਰੈਕਟਰ ਪਿਆ ਹੋਇਆ ਸਾਫ ਰੰਗ ਦੇ ਵਿੱਚ ਆ ਸਾਫ ਹਾਲਤ ਦੇ ਵਿੱਚ ਕਮੀ ਪੇਛੇ ਜਿਹੜੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਜਦੋਂ ਮਰਜ਼ੀ ਤੁਸੀਂ ਜਾ ਕੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਟਰੈਕਟਰ ਨੂੰ ਵੇਟ ਵਗੈਰਾ ਅੱਗੇ ਲੱਗੇ ਹੋਏ ਆ ਫਸਟ ਓਨਰ ਦੇ ਨਾਂ ਜੀ ਤੇ 950 ਘੰਟੇ ਟਰੈਕਟਰ ਕੋਲ ਚੱਲਿਆ ਹੋਇਆ 950 ਘੰਟੇ ਟਰੈਕਟਰ ਚੱਲਿਆ ਹੋਇਆ ਨਾਲ ਦੇ ਟਾਇਰ ਆ 80 ਪੈਸੇ 4 ਲੱਖ ਤੇ 25000 ਰੁਪਇਆ ਮੁੱਲ ਮੰਗਦੇ ਆ ਕੱਲੇ ਹੱਥ ਚੱਲਿਆ ਹੋਇਆ ਵਾ ਨੰਬਰ ਆ ਜਿਹੜਾ ਮਾਲਕਾਂ ਦਾ ਥੱਲੇ ਦੇ ਰਹੇ ਆ ਥੱਲੇ ਦਿੱਤੇ ਜਾ ਰਹੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਬਾਕੀ ਮਾਲਕਾਂ ਨੇ ਨਾਲ ਗੱਲਬਾਤ ਕਰ ਲਿਓ ਜਿੰਨੀ ਆਪਾਂ ਨੂੰ ਡਿਟੇਲ ਆਈ ਆ ਆਪਾਂ ਉਹਦੇ ਤੌਰ ਦੇ ਉੱਪਰ ਆਪਾਂ ਵੀਡੀਓ ਪਾ ਕੇ ਤੁਹਾਨੂੰ ਦੱਸ ਰਹੇ ਆ ਠੀਕ ਹੈ ਜੀ ਬਾਕੀ ਜੋ ਕੋਈ ਵੀ ਜੇ ਡਿਟੇਲ ਦੇ ਵਿੱਚ ਗਲਤੀ ਹੋਊਗੀ ਉਹ ਮਾਲਕਾਂ ਦੀ ਸਰਦਾਰਦੀ ਹੁੰਦੀ ਕਿਉਂਕਿ ਉਹਨਾਂ ਦੇ ਜੇ ਗਲਤ ਭੇਜਣਗੇ ਉਹ ਫੇਰ ਹੀ ਸਾਥੋਂ ਗਲਤ ਪੈਂਦੀ ਆ ਨਹੀਂ ਅਸੀਂ ਓਕੇ ਫਿਰ ਇੰਟਰ ਨਹੀਂ ਮਾਰਦੇ ਉਹਨੇ ਮੈਂ ਪਹਿਲਾਂ ਹੀ ਕਹਿ ਦਿੰਦਾ ਵਾਂ ਉਹ ਜਿਹੜੇ ਪੈਸੇ ਪੂਸੇ ਲੈ ਕੇ ਪਾਉਂਦੇ ਉਹਨਾਂ ਦਾ ਕੰਮ ਹੁੰਦਾ ਮੈਂ ਇਹ ਵੀ ਦੱਸ ਦਿੱਤੀ ਗਿਆ ਆਪਾਂ ਉਹ ਥੋੜੇ ਜਾਨੀ ਕਿ ਇਹ ਕੰਮ ਫੈਂਟਰ ਬਾਜੀ ਵਾਲੇ ਥੋੜੇ ਜਿਆਦੇ ਹੁੰਦੇ ਆ ਉਹ ਤੇ ਵਧੀਆ ਟਰੈਕਟਰ ਆ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜਾ ਪਹਿਲਾ ਤੁਸੀਂ ਟਰੈਕਟਰ ਵੇਖਿਆ ਉਹਦੇ ਬਾਰੇ ਜੇ ਕਿਸੇ بھائی ਨੂੰ ਪਤਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਦੱਸ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਾਈ ਬਣ ਕੇ ਠੀਕ ਹੈ ਤੇ ਅੱਗੇ ਆਪਣੇ ਕੋਲ ਆਇਆ ਨਾ ਨਿਊ ਹਾਲੈਂਡ 36 ਦੀ ਸਪੈਸ਼ਲ ਐਡੀਸ਼ਨ ਇਹੜਾ ਟਰੈਕਟਰ ਆ 2019 ਮਾਡਲ ਆ ਟਰੈਕਟਰ ਬਹੁਤ ਹੀ ਜਿਆਦਾ ਸੋਹਣਾ ਪਿਆ ਹੋਇਆ ਸਾਫ ਰੰਗ ਦੇ ਵਿੱਚ ਆ ਕਮੀ ਪੇਸ਼ੀ ਵਾਲੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀਗੀ ਵਾ ਕੇ ਚਲਾ ਕੇ ਚੈੱਕ ਕਰਕੇ ਦੇਣ ਦੀ ਗਰੰਟੀ ਆ ਪੂਰੀ ਗਰੰਟੀ ਵੀ ਦਿੱਤੀ ਜਾ ਰਹੀ ਆ ਜਦੋਂ ਮਰਜ਼ੀ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵਾ ਕੇ ਆਪਾਂ ਤੇ ਬਾਕੀ ਬਹੁਤ ਹੀ ਸੋਹਣਾ ਟਰੈਕਟਰ ਪਿਆ ਹੋਇਆ ਵਾ ਵੱਡੀਆਂ ਲੇਟਾਂ ਲੱਗੀਆਂ ਹੋਈਆਂ ਫੇਵਰ ਹੌਡਰ 뮤직 ਸਿਸਟਮ ਵਗੈਰਾ ਲੱਗਾ ਹੋਇਆ ਵਾ ਟਰੈਕਟਰ ਦੇ ਉੱਪਰ ਤੇ ਜੋ ਵੀ ਮਾਲਕਾਂ ਵੱਲੋਂ ਕੀਮਤ ਮੰਗੀ ਗਈ ਉਹ ਹੈਗੀ 7 ਲੱਖ ਤੇ 65000 ਰੁਪਇਆ 435 ਘੰਟੇ ਚੱਲਿਆ ਹੋਇਆ 95 ਪੈਸੇ ਟਾਇਰ ਆ ਅਮਰੀਸਰ ਏਰੀਏ ਵਿੱਚ ਜਿਹੜਾ ਟਰੈਕਟਰ ਖੜਾ ਹੋਇਆ ਹੈ ਮੌਕੇ ਦੇ ਉੱਪਰ ਤੁਸੀਂ ਉੱਥੇ ਜਾ ਕੇ ਟਰੈਕਟਰ ਵੇਖ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਟਰੈਕਟਰ ਪਿਆ ਹੋਇਆ ਵਾ ਕਮੀ ਪੇਸ਼ੀ ਵਾਲੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀਗੀ ਮਾਲਕਾਂ ਨੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਥੱਲੇ ਦੇ ਰਹੇ ਹਾਂ ਥੱਲੇ ਦਿੱਤੇ ਜਾ ਰਹੇ ਨੰਬਰਾਂ ਦੇ ਜਿਹੜੇ ਤੁਸੀਂ ਫੋਨ ਲਾ ਕੇ ਟਰੈਕਟਰ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਜੇ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਪਿਆ ਹੋਇਆ ਵਾ ਵਾਕੇ ਚਲਾ ਕੇ ਦੇਣ ਦੀ ਗਾਰੰਟੀ ਹੈ ਜਿਹੜੀ ਪੂਰੀ ਆ ਅੱਗੇ ਜਿਹੜਾ ਟਰੈਕਟਰ ਆਉਂਦਾ ਫਾਰਮ ਟਰੈਕ 60 ਆ ਜਾਂਦਾ ਜੀ ਬਹੁਤ ਹੀ ਜ਼ਿਆਦਾ ਸੋਨਾ ਟਰੈਕਟਰ ਪਿਆ ਹੋਇਆ ਵਾ ਇਹ ਹਾਲਤ ਵਗੈਰਾ ਦਾ ਵੀ ਤੁਸੀਂ ਵੇਖ ਸਕਦੇ ਹੋ ਚੰਗੂ ਤਰ੍ਹਾਂ ਚੈੱਕ ਕਰਕੇ ਖਰੀਦ ਖਰੀਦ ਸਕਦੇ ਹੋ ਤੁਸੀਂ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਕਿ ਮਾਲਕਾਂ ਦੇ ਦੱਸਣ ਅਨੁਸਾਰ 2012 ਮਾਡਲ ਆ ਸੁਨਾਮ ਏਰੀਏ 'ਤੇ ਖੜਾ ਹੋਇਆ ਵਾ ਵਧੀਆ ਹੈਵੀ ਬੰਪਰ ਲੱਗਾ ਹੋਇਆ ਵਾ ਸ਼ੋ ਦਾ ਰੰਗ ਇੰਜਨ ਬਾਡੀ ਚਾਸੀ ਲਿੰਕਾਂ ਦਾ ਰੰਗ ਟੋਟਲੀ ਵਧੀਆ ਪਿਆ ਹੋਇਆ ਕਿਤੇ ਉਹ ਰੰਗ ਦੇ ਵਿੱਚ ਛੇੜਖਾਨੀ ਨਹੀਂ ਕੀਤੀ ਗਈ ਕਿਤੇ ਰੰਗ ਦੁਆਰਾ ਵੱਜਿਆ ਨਹੀਂਗਾ ਟਰੈਕਟਰ ਦੇ ਉੱਪਰ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਉੱਤੇ ਲੱਗਾ ਹੋਇਆ ਇਹ ਤੁਸੀਂ ਇੱਕ ਵਾਰੀ ਮਾਲਕਾਂ ਨੂੰ ਕਨਫਰਮ ਕਰ ਲਿਓ ਕਿ ਦੇਣਗੇ ਨਾਲ ਕਿਨਾ 3,60,000 ਰੁਪਏ ਜਿਹੜੀ ਮਾਲਕ ਵੀਰਾਂ ਵੱਲੋਂ ਕੀਮਤ ਰੱਖੀ ਗਈ ਸੀਗੀ ਇਹ ਟਰੈਕਟਰ ਦੀ ਬਾਕੀ ਇਹ ਕੀਮਤ ਦੇ ਵਿੱਚੋਂ ਜਿਹੜਾ ਮੌਕੇ ਦੇ ਉੱਪਰ ਲੈਸ ਕੀਤਾ ਜਾਊਗਾ ਮਾਲਕਾਂ ਦੇ ਦੱਸਣ ਅਨੁਸਾਰ ਮੌਕੇ ਦੇ ਉੱਪਰ ਜਿਹੜਾ ਕੁਝ ਵੀ ਲੈਸ ਹੋਊਗਾ ਉਹ ਤੁਸੀਂ ਆਪ ਦਾ ਘਾਟਵਾਦ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਜ਼ਿਆਦਾ ਚੰਗੀ ਹਾਲਤਰੇ ਵਿੱਚ ਆ ਪੂਰਾ ਵਧੀਆ ਟਰੈਕਟਰ ਪਿਆ ਹੋਇਆ ਵਾ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਨਹੀਂ ਹੈਗੀ 12 ਮਾਡਲ ਆ ਸੁਨਾਮ ਮੀਰੀਏ ਵੇਖ ਖੜਾ ਹੋਇਆ 3 ਲੱਖ ਤੇ 60000 ਰੁਪਿਆ ਕੀਮਤ ਮੰਗੀ ਗਈ ਸੀਗੀ ਵਾ ਕੇ ਚਲਾ ਕੇ ਚੈੱਕ ਕਰਕੇ ਦੇਣਗੇ ਤੇ ਜੋ ਕੋਈ ਵੀ ਹਨਾ ਜਿਵੇਂ ਤੁਹਾਨੂੰ ਟਰੈਕਟਰ ਦੇ ਬਾਰੇ ਹੋਰ ਕੋਈ ਜਿਵੇਂ ਆਪਾਂ ਵੀਡੀਓ ਭੋਣਦੇ ਬੋਨੇ ਆ ਉਹਦੇ ਵਿੱਚ ਪਤਾ ਲੱਗਦਾ ਵੀ ਕੋਈ ਨਾਕਸ ਹੁੰਦਾ ਤੋਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਅੱਗੇ ਆਪਣੇ ਕੋਲ ਟਰੈਕਟਰ ਆ ਜਾਂਦਾ ਜੀ ਮੈਸੀ ਵਰਬੂਸ਼ਨ 9500 ਇਹੜਾ ਟਰੈਕਟਰ ਬਹੁਤ ਹੀ ਜ਼ਿਆਦੇ ਵਧੀਆ ਪਿਆ ਹੋਇਆ ਵਾ 18 ਮਾਡਲ ਆ ਤੇ ਇਸ ਵੇਟ ਵਗੈਰਾ ਲੱਗੇ ਹੋਏ ਨੇ ਟਰੈਕਟਰ ਨੂੰ ਵਧੀਆ ਹਾਲਤਰੇ ਵਿੱਚ ਐਮਪ ਵਗੈਰਾ ਨਾਲ ਦਿੱਤਾ ਜਾਊਗਾ ਮਾਲਕਾਂ ਨੇ ਦੱਸਣ ਅਨੁਸਾਰ ਵਧੀਆ ਟਰੈਕਟਰ ਪਿਆ ਹੋਇਆ ਜੀ ਬਾਕੀ ਮਾਲਕਾਂ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਲਿਆ ਕਰਿਓ ਹਨਾ ਜੋ ਵੀ ਤੁਸੀਂ ਜਿਹੜਾ ਮਰਜ਼ੀ ਟਰੈਕਟਰ ਖਰੀਦਦੇ ਹੋ 1500 ਘੰਟੇ ਟਰੈਕਟਰ ਕਾਲਜ ਚੱਲਿਆ ਹੋਇਆ ਬਾਡੀ ਦਾ ਰੰਗ ਇੰਜਨ ਬਾਡੀ ਚ ਅਸੀਂ ਲੰਕਾਂ ਲੰਕਾਂ ਦਾ ਜੋ ਟੋਟਲੀ ਰੰਗ ਹੈ ਟਰੈਕਟਰ ਦਾ ਦੱਸਣ ਅਨਸਾਰ ਸਾਰਾ Ориਜਨਲ ਆ ਮਾਲਕਾਂ ਦੇ ਕਹਿਣ ਅਨਸਾਰ ਕਹ ਰਹੇ ਨੇ Ориਜਨਲ ਆ ਸਾਰਾ ਰੰਗ ਤੇ ਬਾਕੀ ਵਧੀਆ ਹਾਲਤ ਦੇ ਵਿੱਚ ਵੀ ਪਿਆ ਚਲਾ ਕੇ ਵੇਖ ਕੇ ਤਸੱਲੀ ਕਰਕੇ ਖਰੀਦਿਓ ਆ ਮੈਸਤਰੀ ਨਾਲ ਲੈ ਜਾਓ ਗਾਰੰਟੀ ਪੂਰੀ ਆ ਤੇ 5 ਲੱਖ 80 ਹਜ਼ਾਰ ਰੁਪਇਆ ਜਿਹੜਾ ਟਰੈਕਟਰ ਦੀ ਕੀਮਤ ਮੰਗੀ ਗਈ ਸੀਗੀ ਮਾਲਕ ਵੀਰਾਂ ਵੱਲੋਂ ਬਾਕੀ ਆnde ਸੀ ਮੌਕੇ ਦੇ ਉੱਪਰ ਜਿਹੜਾ ਲੈਸ ਕੀਤਾ ਜਾਊਗਾ ਰੇਡ ਦੇ ਵਿੱਚੋਂ ਵੀ ਸੋ ਜੋ ਵੀ ਮਾਲਕਾਂ ਦੇ ਨੰਬਰ ਆ ਹਨਾ ਸੰਪਰਕ ਦੇ ਆਪਾਂ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫੋਨ ਲਾ ਕੇ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜਿਹੜਾ ਟਰੈਕਟਰ ਦਾ ਸੌਦਾ ਤੁਸੀਂ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਪਿਆ ਹੋਇਆ ਇਹ ਬਾਹ ਕੇ ਚਲਾ ਕੇ ਦੇਣ ਦੀ ਤਸੱਲੀ ਦੀ ਪੂਰੀ ਗਾਰੰਟੀ ਆ 5,80,000 ਰੁਪਇਆ ਮੁੱਲ ਆ ਤੇ ਧੰਨਵਾਦ ਜੀ ਸਾਰੀ ਵੀਡੀਓ ਵੇਖਣ ਦੇ ਲਈ ਵਧੀਆ ਲੱਗਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ